ਅਨੰਦਪੁਰ ਸਾਹਿਬ ਗੁਰੂਆਂ ਦੀ ਧਰਤੀ ਔਰ ਸਭ ਤੋਂ ਵੱਡੀ ਗੱਲ ਹੈ ਕਿ ਇਸ ਧਰਤੀ ਦੇ ਉੱਤੇ ਬੜੇ ਵੱਡੇ ਵੱਡੇ ਇਤਿਹਾਸ ਦਰਜ ਹੋਏ ਨੇ ਦੁਨੀਆ ਭਰ ਦਾ ਇਤਿਹਾਸ ਜਿਹੜਾ ਇਸ ਧਰਤੀ 'ਤੇ ਹੈ ਔਰ ਅੱਜ ਅਸੀਂ ਇਸੇ ਧਰਤੀ 'ਤੇ ਪਹੁੰਚੇ ਹਾਂ ਅਨੰਦਪੁਰ ਸਾਹਿਬ ਦਾ ਇੱਕ ਬਹੁਤ ਸਿਰਮੌਰ ਸੰਸਥਾ ਅਨੰਦਪੁਰ ਸਾਹਿਬ ਦੀ ਤੁਹਾਨੂੰ ਦਿਖਾਉਣ ਲੱਗੇ ਹਾਂ ਕੀ ਨਾਂ ਤੁਹਾਡਾ ਜੀ ਸੁਖਵੀਰ ਸਿੰਘ ਸਰ ਤੁਸੀਂ ਸਾਡੇ ਚੈਨਲ ਤੇ ਉਹ ਬੱਲੇ ਬੱਲੇ ਫਿਲਮ ਦਾ ਰਿਕਾਰਡ ਸੀ ਤੁਹਾਡਾ ਕਾਲਜ ਅੱਜ ਅਸੀਂ ਕਵਰ ਕਰਨ ਆਏ ਹਾਂ ਓਕੇ ਸਰ ਕਿਹੜਾ ਈਅਰ ਹੈ ਤੁਹਾਡਾ ਇਸ ਕਾਲਜ ਸਰ ਮੇਰਾ ਫਾਈਨਲ ਈਅਰ ਹੈ ਫਾਈਨਲ ਈਅਰ ਹੈ ਫਾਈਨਲ ਈਅਰ 'ਚ ਤਾਂ ਬੜੀਆਂ ਯਾਦਾਂ ਜੁੜੀਆਂ ਹੋਣੀਆਂ ਤੁਹਾਡੀਆਂ ਹਾਂ ਕਿਹੜੇ ਈਅਰ 'ਚ ਆਏ ਸੀ ਤੁਸੀਂ ਸਰ ਮੈਂ 2020 'ਚ ਆਏ ਹਾਂ ਜੀ ਸਰ ਔਰ ਇਸ ਸਮੇਂ ਤੁਸੀਂ ਫਾਈਨਲ ਈਅਰ 'ਚ ਹੈ ਤੁਹਾਡੀ ਸਟ੍ਰੀਮ ਕਿਹੜੀ ਹੈ ਸਰ ਮੇਰੀ ਹੈਗੀ ਫੂਡ ਪ੍ਰੋਸੈਸਿੰਗ ਐਗਰੀਕਲਚਰ ਡਿਪਾਰਟਮੈਂਟ ਸਾਡੇ ਨਾਲ ਨੇ ਇਸ ਕਾਲਜ ਦੇ ਪ੍ਰੋਫੈਸਰ ਸਿਮਰ ਬੈਨੀਪਾਲ ਜੋ ਕਿ ਜਰਨਲਿਜ਼ਮ ਦੇ ਪ੍ਰੋਫੈਸਰ ਹੈ ਮੈਂ ਰਾਈਟ ਜੀ ਜੀ ਔਰ ਇਹ ਪ੍ਰੋਫੈਸਰ ਸਾਨੂੰ ਸਾਰਾ ਕਾਲਜ ਦਾ ਟੂਰ ਦਿਖਾਣਗੇ ਸਾਨੂੰ ਸਾਰਾ ਕਾਲਜ ਦਿਖਾਣਗੇ ਇਹ ਤੁਹਾਡਾ ਜਿਹੜਾ ਹੈ ਲੌਨ ਹੈ ਇਸ ਸਪੈਸ਼ਲ ਗਰਲਸ ਵਾਸਤੇ ਲੌਨ ਬਣਿਆ ਹੋਇਆ ਤੇ ਗਰਲਸ ਆਪਣੇ ਵੀਕਐਂਡ ਲੈਕਚਰਸ ਹੁੰਦੇ ਨੇ ਜਿਹੜੇ ਫ੍ਰੀ ਲੈਕਚਰਸ ਹੁੰਦੇ ਨੇ ਇੱਥੇ ਬੈਠ ਕੇ ਜਾਂ ਤਾਂ ਫਿਰ ਕੋਈ ਲਾ ਲੋ ਕੇ ਪੜ੍ਹਦੀਆਂ ਨੇ ਜਾਂ ਗੱਪਸ਼ਪ ਕਰਦੀਆਂ ਨੇ ਜਾਂ ਕੁਝ ਵੀ ਕੇ ਕਾਲਜ ਦਾ ਕਿਸੇ ਵੀ ਕਾਲਜ ਦਾ ਸਭ ਤੋਂ ਬੈਸਟ ਪਲੇਸ ਹੁੰਦਾ ਹੈ ਲੌਨ ਯੈਸ ਔਰ ਇਹਦੇ ਨਾਲ ਪੁਰਾਣੇ ਵਿਦਿਆਰਥੀਆਂ ਦੀ ਵੀ ਬੜੀਆਂ ਯਾਦਾਂ ਜੁੜੀਆਂ ਹੁੰਦੀਆਂ ਨੇ ਜਿਹੜੇ 올ਡ ਸਟੂਡੈਂਟਸ ਹੈ ਨਾ ਕਿਉਂਕਿ ਇਹ ਸਾਡਾ ਵਲੌਗ ਹੈ ਜੀ 올ਡ ਸਟੂਡੈਂਟਸ ਵਾਸਤੇ ਵੀ ਜਿਹੜੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਰਹਿੰਦੇ ਨੇ ਇਸ ਕਾਲਜ ਚੋਂ ਪੜ੍ਹ ਕੇ ਗਏ ਨੇ ਦੁਨੀਆ ਦੇ ਕਿਸੇ ਵੀ ਖਿੱਤੇ 'ਚ ਨੇ ਕਮੈਂਟ ਜ਼ਰੂਰ ਕਰਿਓ ਆਪਣੇ ਕਾਲਜ ਨੂੰ ਦੇਖੋ ਖੁਸ਼ ਹੋਵੋ ਸ਼ੇਅਰ ਕਰੋ ਕੀ ਕੁਛ ਹੈ ਕਾਲਜ ਦੀ ਕਿਆ ਖਾਸੀਅਤ ਹੈ ਇਸ ਕਾਲਜ ਦੀ ਅਭੀ ਤਾਂ ਨਿਊ ਆਇਆ ਇਤਨਾ ਨਹੀਂ ਅੱਛਾ ਨਿਊ ਆਏ ਹੋ ਔਰ ਫਸਟ ਈਅਰ ਮੇਂ ਹੋ ਕਿਆ ਕਰ ਰਹੇ ਹੋ ਬੀ ਐਸ ਸੀ ਆਨਰਸ ਕੈਮਿਸਟਰੀ ਬੀ ਐਸ ਸੀ ਆਨਰਸ ਕੈਮਿਸਟਰੀ ਔਰ ਬੀ ਐਸ ਸੀ ਫਿਜ਼ਿਕਸ ਬੀ ਐਸ ਸੀ ਆਨਰਸ ਐਜ਼ ਐਨ ਐਜੂਕੇਸ਼ਨਿਸਟ ਮੈਂ ਕਹਿੰਦਾ ਕਿ ਮੈਂ ਨਹੀਂ ਸੀ ਸੋਚਿਆ ਸੀ ਕਿ ਇਸ ਕਾਲਜ ਦੇ ਵਿੱਚ ਸਪੈਸ਼ਲਾਈਜ਼ਡ ਕੋਰਸਿਸ ਨੇ ਮੈਮ ਨੇ ਪ੍ਰੋਫੈਸਰ ਸਾਹਿਬ ਨੇ ਦੱਸਿਆ ਕਿ ਕਾਫੀ ਕੁਛ ਹੈ ਰੇਡੀਓ ਸਟੇਸ਼ਨ ਹੈ ਇਸ ਕਾਲਜ ਦਾ ਇਹ ਵੀ ਬੜੀ ਵਧੀਆ ਗੱਲ ਹੈ ਹਾਂਜੀ ਤੁਹਾਡਾ ਨਾਮ ਕੀ ਹੈ ਮ੍ਰਿਦੁਲਾ ਮ੍ਰਿਦੁਲਾ ਕਿੱਥੋਂ ਆਉਂਦੇ ਹੋ ਤੁਸੀਂ ਸਰ ਉਨਾ ਸੇ ਦਿਸ ਇਜ਼ ਯੋਰ ਫਸਟ ਈਅਰ ਯੈਸ ਸਰ ਉਨਾ ਤੋਂ ਆਉਂਦੇ ਹੋ ਤੁਸੀਂ ਇੰਨੀ ਦੂਰੋਂ ਆਉਂਦੇ ਹੋ ਤੁਸੀਂ ਇਸ ਕਾਲਜ ਯੈਸ ਸਰ ਪਹਿਲਾਂ ਵੀ ਕੋਈ ਪੜ੍ਹਿਆ ਇਸ ਕਾਲਜ ਤੁਹਾਡੇ ਪਿੰਡ ਤੋਂ ਆਲੇ ਦੁਆਲੇ ਤੋਂ ਸਰ ਪਾਸ ਮੇਂ ਸੇ ਪੜ੍ਹੇ ਕਿਹੜਾ ਈਅਰ ਹੈ ਕੀ ਕਰ ਰਹੇ ਤੁਸੀਂ ਇੱਥੇ ਸਰ ਮੇਰਾ ਸਾਡਾ ਐਮਐਸਸੀ ਦਾ ਲਾਸਟ ਈਅਰ ਹੈ ਅਸੀਂ ਐਮਐਸਸੀ ਕੈਮਿਸਟਰੀ ਕਰ ਰਹੇ ਹਾਂ ਵਾਹ ਆਪਣੇ ਆਪ ਹੀ ਕੰਮ ਹੋਈ ਜਾ ਰਿਹਾ ਆਪਣੇ ਆਪ ਹੀ ਹਰੇਕ ਡਿਪਾਰਟਮੈਂਟ ਦਾ ਪ੍ਰੋਫੈਸਰ ਸਾਹਿਬ ਆ ਜਾਓ ਤੁਸੀਂ ਇੱਥੇ ਆਪਣੇ ਆਪ ਹੀ ਕੰਮ ਹੋ ਰਿਹਾ ਕਾਕਾ ਤੂੰ ਯਾਰ ਚਲਾ ਗਿਆ ਆਪਣੇ ਆਪ ਆ ਜਾ ਤੂੰ ਤੇਰੀ ਤਾਂ ਬੜੀ ਲੋੜ ਹੈ ਸਾਨੂੰ ਆਪਣੇ ਆਪ ਕੰਮ ਹੋ ਰਿਹਾ ਹਰੇਕ ਡਿਪਾਰਟਮੈਂਟ ਦੇ ਬੰਦੇ ਸਾਨੂੰ ਮਿਲ ਜਾ ਰਹੇ ਹੈ ਇਹ ਸਟੂਡੈਂਟਸ ਜਿਹੜੇ ਹੈ ਔਰ ਤੁਸੀਂ ਕਿੰਨੇ ਸਾਲ ਤੋਂ ਇਸ ਕਾਲਜ ਸਰ ਪਿਛਲੇ 3 ਸਾਲ ਤੋਂ ਅਸੀਂ ਗ੍ਰੈਜੂਏਸ਼ਨ ਵੀ ਸੀ ਕਾਲਜ ਤੋਂ ਕੀਤੀ ਹੈ ਗ੍ਰੈਜੂਏਸ਼ਨ ਵੀ ਬੜੀਆਂ ਯਾਦਾਂ ਜੁੜੀਆਂ ਹੋਣੀਆਂ ਕੋਈ ਖਾਸ ਗੱਲ ਕੋਈ ਖਾਸ ਯਾਦ ਤੁਹਾਡੀ ਇਸ ਕਾਲਜ ਦੇ ਨਾਲ ਜੁੜੀ ਹੋਈ ਸਰ ਮੇਨ ਗੱਲ ਤਾਂ ਇੱਥੇ ਪੜ੍ਹਾਈ ਦੀ ਵੀ ਹੈਗੀ ਹੈ ਕਿ ਬਹੁਤ ਵਧੀਆ ਕਾਲਜ ਹੈ ਨਾਲ ਹੀ ਅਸੀਂ ਫਰੈਂਡਸ ਵਗੈਰਾ ਜਿਹੜਾ ਫਰੈਂਡ ਸਰਕਲ ਸਾਡਾ ਬਹੁਤ ਵਧੀਆ ਰਿਹਾ ਕਾਲਜ ਦੀ ਜ਼ਿਆਦਾ ਫਰੈਂਡ ਸਰਕਲ ਨਾਲ ਹੀ ਹੁੰਦੀ ਆ ਕੋਈ ਸ਼ੱਕ ਨਹੀਂ ਫਰੈਂਡ ਸਰਕਲ ਬਹੁਤ ਵਧੀਆ ਰਿਹਾ ਮੈਮ ਇਹ ਤਸਵੀਰਾਂ ਜਿਹੜੀਆਂ ਇਹ ਕੀ ਖਾਸੀਅਤ ਹੈ ਇਹ ਜਿਹੜੇ ਕਾਲਜ ਦੇ ਨੇ ਸਾਰੇ 올ਡ ਜਿਹੜੇ ਹੈਗੇ ਆ 올ਡ ਸਟੂਡੈਂਟਸ ਨੇ ਪੁਰਾਣੇ ਵਿਦਿਆਰਥੀ ਨੇ ਜਿਨ੍ਹਾਂ ਨੇ ਵੱਡੀਆਂ ਵੱਡੀਆਂ ਅਚੀਵਮੈਂਟਸ ਕੀਤੀਆਂ ਨੇ ਤੁਸੀਂ ਦੇਖ ਸਕਦੇ ਹੋ ਠੀਕ ਹੈ ਥੀਸ ਆਰ ਦ ਅਚੀਵਰਸ ਆਫ ਦਿਸ ਕਾਲਜ ਜੁਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ ਸ਼੍ਰੀ ਦਵਿੰਦਰ ਸਿੰਘ ਚੰਨਾ ਜੀ ਔਰ ਅਨੂ ਰਾਣੀ 골ਡ ਮੈਡਲਿਸਟ ਇਨ ਦ ਵਰਲਡ ਕਬੱਡੀ ਕੱਪ ਵੈਰੀ ਨਾਈਸ ਅਮਨਪ੍ਰੀਤ ਕੌਰ ਰਿਪਰੈਜ਼ੈਂਟਡ ਇੰਡੀਆ ਇਨ ਏਸ਼ੀਅਨ ਚੈਂਪੀਅਨਸ਼ਿਪ ਹੈਲਡ ਇਨ ਕਜ਼ਾਕਿਸਤਾਨ ਓ ਦੈਟਸ ਗ੍ਰੇਟ ਕੈਂਪਸ ਟੂਰ ਦੇ ਵਿੱਚ ਲਾਇਬ੍ਰੇਰੀ ਨਾ ਦਿਖਾਈਏ ਹੋ ਨਹੀਂ ਸਕਦਾ
ਲਾਇਬ੍ਰੇਰੀ ਕਿਸੇ ਵੀ ਕਾਲਜ ਦੀ ਬੈਕਬੋਨ ਹੁੰਦੀ ਹੈ ਮੈਮ ਠੀਕ ਹੈ ਜੀ ਜੀ ਬਿਲਕੁਲ ਹਾਂ ਅਸੀਂ ਤੁਹਾਨੂੰ ਲਾਇਬ੍ਰੇਰੀ ਦਿਖਾਵਾਂਗੇ ਕਿਉਂਕਿ ਬੱਚੇ ਆਪਣੇ ਫ੍ਰੀ ਲੈਕਚਰਸ ਦੇ ਵਿੱਚ ਇੱਥੇ ਬੈਠ ਕੇ ਪੜ੍ਹਦੇ ਆ ਜਾਂ ਫਿਰ ਇਕੱਲੀ ਪੜ੍ਹਾਈ ਤੋਂ ਇਲਾਵਾ ਜਿਵੇਂ ਕੰਪੀਟੀਟਿਵ ਐਗਜ਼ਾਮਸ ਹੁੰਦੇ ਆ ਉਹਨਾਂ ਦੀਆਂ ਵੀ ਇੱਥੇ ਉਹਨਾਂ ਨੂੰ ਬੁੱਕਸ ਜਿਹੜੀਆਂ ਨੇ ਦਿੱਤੀਆਂ ਜਾਂਦੀਆਂ ਨੇ ਅਤੇ ਬੈਠ ਕੇ ਉਹ ਆਪਣੀ ਫਰਦਰ ਤਿਆਰੀ ਕਰਦੇ ਆ ਕੋਈ ਨੈੱਟ ਦੇ ਪੇਪਰ ਦੀ ਤਿਆਰੀ ਕਰਦਾ UPSC PCSC ਜਿਹਨੂੰ ਜਿਹੜੀ ਚੀਜ਼ 'ਚ ਇੰਟਰਸਟ ਹੈ ਉਹ ਆਪਣੇ ਫ੍ਰੀ ਲੈਕਚਰ 'ਚ ਬੈਠ ਕੇ ਇੱਥੇ ਪੜ੍ਹਦੇ ਆ ਸੋ ਯੂ ਹੈਵ ਦ ਬੁੱਕਸ ਫਾਰ ਕੰਪੀਟੀਟਿਵ ਟੈਸਟ ਐਸ ਵੈਲ ਜੀ ਸ਼ੋਰ ਸਰ ਦੈਟਸ ਗ੍ਰੇਟ ਸਿਰਫ ਇਹਨੀ ਪਾਸ ਕੋਰਸ ਦੀਆਂ ਬੁੱਕਸ ਉਸ ਤੋਂ ਇਲਾਵਾ ਤੁਹਾਡਾ ਕੰਪੀਟੀਟਿਵ ਟੈਸਟ ਦੀਆਂ ਬੁੱਕਸ ਵੀ ਜੀ ਮੈਂ ਤੁਹਾਨੂੰ ਦਿਖਾਉਣੀ ਹੈ ਇੱਧਰ ਮਤਲਬ ਇੱਕ ਤਾਂ ਹੁੰਦੀਆਂ ਸਿਲੇਬਸ ਦੇ ਰਿਲੇਟਡ ਬੁੱਕਸ ਹੋ ਗਈਆਂ ਲਾਈਕ ਕਿ ਹਾਂਜੀ ਹੈ ਕੈਮਿਸਟਰੀ ਦੀਆਂ ਨੇ ਫਿਜ਼ਿਕਸ ਦੀਆਂ ਨੇ ਪੰਜਾਬੀ ਦੀਆਂ ਨੇ ਹਿੰਦੀ ਦੀਆਂ ਨੇ ਬਟ ਜਿਹੜਾ ਇਹ ਵਾਲਾ ਪੋਰਸ਼ਨ ਆ ਇਹ ਸਾਰਾ ਹੀ ਜਿਹੜਾ ਹੈਗਾ ਆ ਕੰਪੀਟੀਟਿਵ ਜਿਹੜੇ ਹੈਗੇ ਆ ਐਗਜ਼ਾਮ ਦੀਆਂ ਬੁੱਕਸ ਨੇ ਇਹ ਸਾਰੀਆਂ ਹੀ ਕਿਸੇ ਨੇ ਕੋਈ ਨੈੱਟ ਦੀ ਤਿਆਰੀ ਕਰਨੀ ਆ UPSC PCSC ਕੋਈ ਵੀ ਕਿਸੇ ਵੀ ਚੀਜ਼ 'ਚ ਇੰਟਰਸਟਡ ਹੈਗਾ ਇੱਥੋਂ ਬੁੱਕਸ ਲੈ ਕੇ ਬੱਚੇ ਪੜ੍ਹਦੇ ਹੈਗੇ ਇਹ ਤੁਹਾਡਾ ਸਾਰਾ ਸੈਕਸ਼ਨ ਕੰਪੀਟੀਟਿਵ ਟੈਸਟ ਦੀਆਂ ਬੁੱਕਸ ਦਾ ਹੈ ਇਹ ਸਾਰਾ ਸੈਕਸ਼ਨ ਉਸੇ ਚੀਜ਼ ਦਾ ਆ ਕਿਉਂਕਿ ਬੱਚਿਆਂ ਨੂੰ ਇਹ ਹੁੰਦਾ ਜਿਹੜੇ ਫਾਈਨਲ ਈਅਰ ਦੇ ਸਟੂਡੈਂਟਸ ਹੁੰਦੇ ਆ ਜਾਂ ਫਿਰ ਮਾਸਟਰਸ ਦੇ ਸਟੂਡੈਂਟਸ ਹੁੰਦੇ ਆ ਉਹਨਾਂ ਨੂੰ ਹੁੰਦਾ ਕਿ ਫਰਦਰ ਉਹਨਾਂ ਨੇ ਅੱਗੇ ਜੌਬ ਲਈ ਅਪਲਾਈ ਕਰਨਾ ਆ ਕਿਸੇ ਨੇ ਟੀਚਿੰਗ ਲਾਈਨ 'ਚ ਜਾਣਾ ਅਤੇ ਨਾਲ ਦੀ ਨਾਲ ਵੇਕੈਂਟ ਲੈਕਚਰਸ ਦੇ ਵਿੱਚ ਆਪਣੇ ਨੈੱਟ ਵਗੈਰਾ ਦੀ UGC ਨੈੱਟ ਦੀ ਆ ਜਿਹੜੀ ਤਿਆਰੀ ਵਗੈਰਾ ਬੈਠ ਕੇ ਕਰਦੇ ਆ ਤੁਸੀਂ ਦੇਖ ਸਕਦੇ ਹੋ दुर्गयाद भवानी माँ दुर्गयाद भवानी माँ दया करो मोपे दया करो मोपे आज तुम देखो जी म्यूजिक डिपार्टमेंट से बैठे हैं ते असी गीत ना सुनिए कुछ लोक तत्थ ना सुनिए हो नहीं सकता आफ्टर ऑल वी आर कनेक्टिंग पीपल कल्चर एंड हैरीटेज बच्चे की नाम थोड़ा जसप्रीत की सुनाओगे बाबा 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 बोल मिट्टी दे बाबे हाँ जी आलम लहार साहब कमाल है आलम लहार साहब सुनने को मिलेगा मजा आएगा साढ़े व्यूअर्स ध्यान नाल सुने बैठ के सुनाना है खड़े होके सुनाना है जोर लगता है इस गाने च हाँ जी बड़ा टफ है बहुत पर बड़ा इंटरेस्टिंग भी है जेड़िया सूरता चढ़ने च बारे आते एक दिन च खाते चढ़ दिया वेखिया मैं जिना जुल्फानू इतर फले लगे वांग कास दे सड़ दिया वेखिया बहुत अच्छा गॉड ब्लेस यू मेरा नाम प्रोफेसर जगपिंदर पाल सिंह गुरमत संगीत दे म्यूजिक विभाग श्री गुरु तेग बहादुर खालसा कॉलेज श्री आनंदपुर साहब इस कॉलेज ने विद्यक खेत्र दे विच खेडां दे खेत्र दे विच ते सभ्याचार खेत्र दे विच माणमत्तियां प्राप्तियां कीतियां ने मैं गल करां
ਸੱਭਿਆਚਾਰਕ ਪ੍ਰਾਪਤੀਆਂ ਦੀਆਂ ਤਾਂ ਪਿਛਲੇ ਲੰਮੇ ਸਮੇਂ ਤੋਂ ਕਾਲਜ ਸੱਭਿਆਚਾਰ ਖੇਤਰ ਵਿੱਚ ਬਹੁਤ ਉੱਚੀਆਂ ਪੁਲਾਂਘਾਂ ਪੜਦਾ ਰਿਹਾ ਹੈ। ਪਿਛਲੇ ਸਾਲ ਇਸ ਕਾਲਜ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਰੋਪੜ ਫਤਿਹਗੜ੍ਹ ਸਾਹਿਬ ਜ਼ੋਨ ਦੇ 59 ਕਾਲਜਾਂ ਦੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਮਾਣਮੱਤਾ ਇਤਿਹਾਸ ਰਚਿਆ। ਹਾਂਜੀ, ਕਾਲਜ ਦੇ ਵਿੱਚ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਡਿਪਾਰਟਮੈਂਟ ਵੀ ਹੈਗਾ ਅਤੇ ਕਾਲਜ ਦਾ ਆਪਣਾ ਰੇਡੀਓ ਵੀ ਹੈ 90.8 FM, ਜੋ ਕਿ ਇੱਥੋਂ ਤੋਂ ਲੈ ਕੇ 25-30 ਕਿਲੋਮੀਟਰ ਤੱਕ ਜਿਹਦੀ ਰੇਂਜ ਹੈ, ਜਿਹੜੀ ਫ੍ਰੀਕੁਐਂਸੀ ਜਾਂਦੀ ਹੈ ਅਤੇ ਲੋਕ ਸੁਣਦੇ ਨੇ। ਅਤੇ ਇਹ ਸਾਡਾ ਲਾਈਵ ਰੂਮ ਹੈ, ਅੱਜ ਤੁਹਾਨੂੰ ਦਿਖਾਉਂਦੇ ਹਾਂ। ਇੱਥੇ ਹਾਰਮੋਨੀਅਮ ਵੀ ਪਿਆ ਕਿਉਂਕਿ ਦਿਸ ਇਜ਼ ਸਾਊਂਡ ਪਰੂਫ ਅਤੇ ਬੱਚੇ ਇੱਥੇ ਪ੍ਰੈਕਟਿਸ ਕਰ ਲੈਂਦੇ ਆ ਮਿਊਜ਼ਿਕ ਦੀ। ਇੱਥੋਂ ਤੁਹਾਡਾ ਚੱਲਦਾ ਲਾਈਵ ਸਾਰਾ ਜੀ? ਤੇ ਕੀ ਕਿਸ ਤਰ੍ਹਾਂ ਲਾਈਵ ਦੇ ਤੁਹਾਡੇ ਪ੍ਰੋਗਰਾਮ ਕਦੋਂ ਤੋਂ ਕਦੋਂ ਤੱਕ ਚੱਲਦੇ ਨੇ? ਅੰਦਰ ਆਉਂਦੇ ਹੀ ਆਵਾਜ਼ ਦੇ ਵਿੱਚ ਮੇਰੀ ਵੀ ਪਤਾ ਲੱਗ ਰਿਹਾ ਵੀ ਆਵਾਜ਼ ਬਦਲੀ ਹੈ ਜੀ। ਕੀ ਸਾਊਂਡ ਪ੍ਰੂਫਿੰਗ? ਇਹ ਇਦਾਂ ਹੁੰਦਾ ਹੈ ਕਿ ਮਾਰਨਿੰਗ 7 ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਇੱਥੇ ਸ਼ਬਦ ਕੀਰਤਨ, ਮਤਲਬ ਐਜੂਕੇਸ਼ਨਲ ਪ੍ਰੋਗਰਾਮਸ, ਕਿਸੇ ਦੀਆਂ ਇੰਟਰਵਿਊਜ਼ ਹੋ ਗਈਆਂ, ਕੋਈ ਡਿਸਟ੍ਰਿਕਟ ਜੱਜ ਆ ਜਾਂ ਫਿਰ ਕੋਈ DSP ਹੈ, DCA, ਜਾਂ ਫਿਰ ਕੋਈ ਲਾਈਕ ਐਜੂਕੇਸ਼ਨਲ ਐਕਸਪਰਟ ਆ, ਉਹਨਾਂ ਦੀਆਂ ਇੰਟਰਵਿਊਜ਼ ਲਈ ਜਾਂਦੀਆਂ ਨੇ ਤਾਂ ਜੋ ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਸੁਣਨ ਅਤੇ ਉਹਨਾਂ ਨੂੰ ਨਵੀਆਂ ਚੀਜ਼ਾਂ ਬਾਰੇ ਨੌਲੇਜ ਹੋ ਸਕੇ। ਬਾਕੀ ਇੱਥੇ ਜ਼ਿਆਦਾਤਰ ਸ਼ਬਦ ਅਤੇ ਕੀਰਤਨ ਲੋਕਾਂ ਨੂੰ ਮਤਲਬ ਕਿ ਧਰਮ ਦੇ ਨਾਲ ਜੋੜ ਕੇ ਰੱਖਣ ਲਈ, ਵਿਰਸੇ ਧਰਮ ਦੇ ਨਾਲ ਜੋੜ ਕੇ। ਬਿਲਕੁਲ, ਇਹ ਕੀਰਤਨ ਔਨ 에ਅਰ ਚੱਲ ਰਿਹਾ ਜੀ, ਲੋਕ ਸੁਣ ਰਹੇ ਨੇ ਹੁਣ ਇਹਨੂੰ। ਦਿਸ ਇਜ਼ ਔਨ 에ਅਰ। That's great. ਤੇ ਇਹ ਸਾਡਾ ਟਰਾਂਸਮੀਟਰ ਤੇ ਐਡੀਟਿੰਗ ਰੂਮ ਆ। ਲਾਈਕ ਪਹਿਲਾਂ ਹੈਗਾ ਲਾਈਵ ਰੂਮ ਜਿੱਥੋਂ ਸਾਡਾ ਲਾਈਵ ਚੱਲਦਾ ਹੈ, ਦੈਨ ਸੈਕਿੰਡ ਇਜ਼ ਰਿਕਾਰਡਿੰਗ ਰੂਮ ਐਂਡ ਦਿਸ ਥਰਡ ਇਜ਼ ਐਡੀਟਿੰਗ ਰੂਮ, ਕਿ ਜਦੋਂ ਵੀ ਪੂਰੀ ਕੋਈ ਰਿਕਾਰਡਿੰਗ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਇੱਥੇ ਅਸੀਂ ਉਸਦੀ ਐਡੀਟਿੰਗ ਕਰਦੇ ਹਾਂ। ਬੱਚਿਆਂ ਨੂੰ ਵੀ ਐਡੀਟਿੰਗ ਸਿਖਾਈ ਜਾਂਦੀ ਹੈ ਕਿ ਕਿੱਦਾਂ ਅਗਰ ਕੁਝ ਕੋਈ ਮਤਲਬ ਕਿ ਇੱਦਾਂ ਦੀ ਚੀਜ਼ ਆ ਜਿਹਦੀ ਨੀਡ ਨਹੀਂ ਹੈਗੀ ਰਿਕਾਰਡਿੰਗ ਦੇ ਵਿੱਚ, ਅਤੇ ਉਹਨੂੰ ਕਿਵੇਂ ਕੱਟਣਾ ਆ ਜਾਂ ਵਿੱਚ ਐਡ ਕਿੱਦਾਂ ਕਰਨਾ, ਮਿਊਜ਼ਿਕ ਕਿੱਦਾਂ ਐਡ ਕਰਨਾ, ਉਹ ਸਾਰਾ ਇਹਨਾਂ ਮਤਲਬ ਚੀਜ਼ਾਂ ਦੇ ਉੱਤੇ ਉਹਨਾਂ ਨੂੰ ਸਿਖਾਇਆ ਜਾਂਦਾ ਆ। ਸਾਡੇ ਨਾਲ ਮੌਜੂਦ ਨੇ ਪ੍ਰੋਫੈਸਰ ਕਮਲ ਕੁਮਾਰ, ਐਗਰੀਕਲਚਰ ਡਿਪਾਰਟਮੈਂਟ ਦੇ ਇਸ ਕਾਲਜ ਦੇ ਹੈੱਡ ਨੇ, HOD ਨੇ ਗੱਲ ਕਰਦੇ ਹਾਂ। ਪ੍ਰੋਫੈਸਰ ਸਾਹਿਬ, ਇਹ ਦੱਸੋ ਕਿ ਤੁਹਾਡਾ ਜਿਹੜਾ ਐਗਰੀਕਲਚਰ BSc ਐਗਰੀਕਲਚਰ ਕੋਰਸ ਹੈ, ਕੀ ਚੱਲ ਰਿਹਾ ਇਹਦੇ 'ਚ, ਕੀ ਕੁਛ ਕਰਾਉਂਦੇ ਤੁਸੀਂ ਔਰ ਤੁਹਾਡੇ ਕਾਲਜ ਦੀਆਂ ਕੀ ਫੈਸਿਲਿਟੀਜ਼ ਨੇ? BSc ਓਨਰਸ ਐਗਰੀਕਲਚਰ ਪ੍ਰੋਗਰਾਮ ਜਿਹੜਾ ਹੈ ਸਾਡੇ ਕੋਲ 4 ਸਾਲ ਦਾ ਪ੍ਰੋਗਰਾਮ ਹੈ, ਜਿਹਦੇ ਵਿੱਚ 8 semester ਕਰਵਾਏ ਜਾਂਦੇ ਨੇ, ਔਰ ਇਹਦੇ ਵਿੱਚ ਇੰਪੋਰਟੈਂਟ ਖਾਸ ਗੱਲ ਇਹ ਹੈ ਕਿ ਪ੍ਰੈਕਟੀਕਲੀ ਬੱਚਿਆਂ ਨੂੰ ਬੜੇ ਅੱਛੇ ਤਰੀਕੇ ਨਾਲ ਟ੍ਰੇਨ ਕੀਤਾ ਜਾਂਦਾ ਹੈ। ਸਾਡੇ ਜਿਹੜੇ ਬੱਚੇ ਇੱਥੋਂ ਪੜ੍ਹ ਕੇ ਗਏ ਨੇ ਉਹ ਬਹੁਤ ਅੱਛੀ ਮਲਟੀਨੈਸ਼ਨਲ ਕੰਪਨੀਜ਼ ਦੇ ਵਿੱਚ ਵੀ ਕੰਮ ਕਰ ਰਹੇ ਨੇ, ਔਰ ਉਸ ਤੋਂ ਇਲਾਵਾ ਸਰਕਾਰੀ ਨੌਕਰੀ ਦੇ ਵਿੱਚ ਵੀ ਨੇ, ਅਤੇ ਇਸ ਵੇਲੇ ਅੱਛਾ ਨਾਮ ਖੱਟ ਰਹੇ ਨੇ। Now we are having Dr. Vimal Mehta with us. ਡਾਕਟਰ ਸਾਹਿਬ, ਇਸ ਜਗ੍ਹਾ 'ਤੇ ਲੈ ਕੇ ਆਏ ਹੋ ਸਾਨੂੰ, ਕੀ ਹੈ, ਹੈ ਕੀ ਹੈ, ਦੱਸੋਗੇ ਕੀ ਹੈ? ਬੇਸਿਕਲੀ ਇਹ ਬਾਬਾ ਐਟੋਮਿਕ ਰਿਸਰਚ ਸੈਂਟਰ ਵਾਲਿਆਂ ਦਾ ਇੱਕ ਨੈਸ਼ਨਲ ਲੈਵਲ ਦਾ ਪ੍ਰੋਜੈਕਟ ਹੈ, ਜਿਹਦੇ ਵਿੱਚ ਉਹ ਗੱਲਬਾਤ ਕਰਦੇ ਨੇ ਕਿ ਇਹ ਸਿਜ਼ਮਿਕ ਕੋਈ ਐਕਟੀਵਿਟੀ ਹੋ ਰਹੀ ਹੈ, ਕੀ ਅਸੀਂ ਉਹਨੂੰ ਪਹਿਲਾਂ ਡਿਟੈਕਟ ਕਰ ਸਕਦੇ ਹਾਂ ਜਾਂ ਉਹਦੇ ਬਾਰੇ ਕੁਝ ਜਾਣਕਾਰੀ ਹਾਸਲ ਕਰ ਸਕਦੇ ਹਾਂ। ਉਸਦੇ ਲਈ ਉਹਨਾਂ ਨੇ ਆਪਣਾ ਇੱਕ ਰੇਡੋਨ ਜੀਓ ਸਟੇਸ਼ਨ ਹੈ ਜਿਹੜਾ ਇੱਥੇ ਸਥਾਪਿਤ ਕੀਤਾ ਹੈ ਸਾਡੇ ਨਾਲ ਸਾਂਝ ਪਾ ਕੇ। ਪੰਜਾਬ ਦਾ ਇਹ ਪਹਿਲਾ ਰੇਡੋਨ ਜੀਓ ਸਟੇਸ਼ਨ ਸੀਗਾ, ਹੁਣ ਅੱਗੇ ਹੋਰ
ਲੱਗਦੇ ਜਾ ਰਹੇ ਨੇ ਪਰ ਇਹ ਪੰਜਾਬ ਦਾ ਪਹਿਲਾ ਹੈ। ਹਾਂਜੀ ਹਾਂਜੀ। ਔਰ ਅਰਥਕੁਏਕ ਡਿਟੈਕਟ ਹੋ ਜਾਂਦਾ, ਪਤਾ ਚੱਲ ਜਾਂਦਾ? ਅਰਥਕੁਏਕ ਬੇਸਿਕਲੀ ਡਾਇਰੈਕਟਲੀ ਡਿਟੈਕਟ ਨਹੀਂ ਹੁੰਦਾ, ਕਿਉਂਕਿ ਜਦੋਂ ਅਰਥਕੁਏਕ ਆਉਂਦਾ ਥੋੜ੍ਹੇ ਜਿਹੇ ਕ੍ਰੈਕਸ ਆ ਜਾਂਦੇ ਨੇ, ਤੇ ਉਹਦੇ ਕਰਕੇ ਜਿਹੜਾ ਰੇਡੋਨ ਹੈ, ਗੈਸ ਹੈ, ਉਹਦੀ ਇਵੈਲੂਏਸ਼ਨ ਹੁੰਦੀ ਹੈ, ਉਹ ਬਾਹਰ ਨਿਕਲਦੀ ਹੈ, ਉਹਦੇ ਕਰਕੇ ਉਹਨੂੰ ਅਸੀਂ ਇੱਥੋਂ ਮੈਜਰ ਕਰ ਸਕਦੇ ਹਾਂ, ਉੱਥੋਂ ਪਤਾ ਕਰ ਸਕਦੇ ਹਾਂ ਕਿ ਹਾਂ ਕਿੰਨੀ ਕੁ ਰਿਸਕ ਦਾ ਆ ਸਕਦਾ ਜਾਂ ਕਿਵੇਂ ਕੋਈ ਸੰਭਾਵਨਾ ਹੈ ਜਾਂ ਨਹੀਂ ਹੈ, ਉਸ ਦੇ ਬਾਰੇ ਜਾਣਕਾਰੀ ਇਹ ਦੇ ਸਕਦਾ। ਨੈਸ਼ਨਲ ਲੈਵਲ 'ਤੇ ਹੈ, ਮਤਲਬ ਕਈ ਥਾਵਾਂ 'ਤੇ ਉਹਨਾਂ ਨੇ ਇਹ ਲਾਇਆ ਹੋਇਆ ਹੈ, ਉੱਥੋਂ ਸਾਰੀ ਰੀਡਿੰਗ ਜਿਹੜੀ ਹੈ ਔਨਲਾਈਨ ਉਹਨਾਂ ਕੋਲ ਜਾ ਰਹੀ ਹੈ, ਉੱਥੋਂ ਅਨਾਲਿਸਿਸ ਕਰਨਗੇ ਅਤੇ ਇੱਕ ਮਾਡਲ ਤਿਆਰ ਕਰਨਗੇ ਕਿ ਸਾਨੂੰ ਇਹ ਪਤਾ ਲੱਗੇ ਕਿ ਇੱਦਾਂ ਦਾ ਕੁਛ ਹੋ ਸਕਦਾ ਪੋਸੀਬਲ ਇਹਦੇ ਨਾਲ ਕਿ ਨਹੀਂ। ਕਾਲਜ ਬਹੁਤ ਸੋਹਣਾ, ਬੜਾ ਸੁੰਦਰ ਕਾਲਜ, ਔਰ ਸਭ ਤੋਂ ਵਧੀਆ ਗੱਲ ਹੈ ਕਿ ਇੱਥੇ ਦੀ ਕੰਪਿਊਟਰ ਲੈਬ, ਮਜ਼ਾ ਆ ਗਿਆ ਦੇਖ ਕੇ, ਵੈਲ ਡਿਸਿਪਲਨਡ, ਔਰ ਬੱਚੇ ਬਹੁਤ ਡਿਸਿਪਲਨ ਦੇ ਨਾਲ। ਅਕਸਰ ਦੇਖਿਆ ਜਾਂਦਾ ਹੈ ਪ੍ਰੋਫੈਸਰ ਸਾਹਿਬ ਕਿ ਬੱਚੇ ਕਈ ਵਾਰੀ ਲੈਬ 'ਚ ਡਿਸਿਪਲਨ ਨਹੀਂ ਹੁੰਦੇ, ਤਾਂ ਆਈ ਕੋਂਗਰੈਚੁਲੇਟ ਯੂ ਦੈਟ ਅੰਡਰ ਯੂਅਰ ਗਾਈਡੈਂਸ ਦੇ ਆਰ ਡੂਇੰਗ ਵੈਰੀ ਵੈਲ। ਪ੍ਰੋਫੈਸਰ ਸੁਰਿੰਦਰ ਸ਼ਰਮਾ ਜੀ, ਡਾਕਟਰ ਸੁਰਿੰਦਰ ਸ਼ਰਮਾ, ਅਸੀਂ ਇਹਨਾਂ ਨਾਲ ਤੁਹਾਨੂੰ ਮਾਈਕ ਲਗਾਉਂਦੇ ਹਾਂ ਜੀ, ਤੁਹਾਡੀ ਅਸੀਂ ਲਵਾਂਗੇ ਛੋਟੀ ਜਿਹੀ ਬਾਈਟ। ਪ੍ਰੋਫੈਸਰ ਸਾਹਿਬ, ਇਸ ਕਾਲਜ ਬਾਰੇ, ਤੁਸੀਂ ਇਸ ਲੈਬ ਬਾਰੇ ਕੀ ਕੁਛ ਹੁੰਦਾ ਤੁਹਾਡੇ ਕੋਲ, ਔਰ ਕੀ ਕੁਛ ਸਿੱਖਦੇ ਨੇ ਬੱਚੇ? ਅਸੀਂ ਆਰਟੀਫਿਸ਼ਲ ਇੰਟੈਲੀਜੈਂਸ ਦਾ ਇੱਕ ਨਵਾਂ ਕੋਰਸ BSc ਅਤੇ MSc ਸ਼ੁਰੂ ਕੀਤਾ ਹੈ। ਓ ਦੈਟਸ ਗ੍ਰੇਟ, ਅਤੇ ਆਹ ਤਾਂ ਇਹ ਇੱਕ ਬੜੀ ਫੈਦਰ ਐਡਿਡ ਇਨ ਯੂਅਰ ਕੈਪ, ਆਰਟੀਫਿਸ਼ਲ ਇੰਟੈਲੀਜੈਂਸ ਅਤੇ ਕੋਰਸ ਸਟਾਰਟ ਕੀਤਾ ਪੂਰਾ। ਪੂਰੀ ਡਿਗਰੀ ਹੈ ਸਰ, ਬੈਚਲਰ ਡਿਗਰੀ ਇਨ ਆਰਟੀਫਿਸ਼ਲ ਇੰਟੈਲੀਜੈਂਸ ਐਂਡ ਡਾਟਾ ਸਾਇੰਸ, ਸੇਮ ਐਜ਼ ਮਾਸਟਰ ਡਿਗਰੀ ਇਨ ਆਰਟੀਫਿਸ਼ਲ ਐਂਡ ਡਾਟਾ ਸਾਇੰਸ। ਅਤੇ ਸਾਨੂੰ ਇਸ ਵਾਰ ਮਾਣ ਹੈ ਕਿ ਸਾਡੇ ਕੰਪਿਊਟਰ ਸਾਇੰਸ ਡਿਪਾਰਟਮੈਂਟ ਦੇ ਵਿੱਚ ਹੀ 600 ਬੱਚੇ ਨੇ ਇਨਰੋਲਮੈਂਟ ਕੀਤੀ ਹੈ, 600 ਬੱਚਾ ਇਸ ਵਾਰ ਕੰਪਿਊਟਰ ਸਾਇੰਸ ਡਿਪਾਰਟਮੈਂਟ 'ਚ ਪੜ੍ਹ ਰਿਹਾ। ਦੇਖੋ, ਇੱਥੇ ਦੇ ਇੱਕ ਸਟੂਡੈਂਟ ਨਾਲ ਇੰਟਰੈਕਟ ਕਰਦੇ ਹਾਂ, ਗੱਲ ਕਰਦੇ ਹਾਂ, ਕੀ ਨਾਂ ਹੈ ਤੁਹਾਡਾ? ਦਮਨਪ੍ਰੀਤ ਕੌਰ। ਦਮਨਪ੍ਰੀਤ, ਕੀ ਕਰਦੇ ਤੁਸੀਂ? MSc IT ਸੈਕਿੰਡ ਈਅਰ। MSc IT ਸੈਕਿੰਡ ਈਅਰ, ਅਤੇ BSc IT ਵੀ ਇੱਥੋਂ ਕੀਤੀ ਤੁਸੀਂ? ਹਾਂਜੀ ਸਰ, BSc ਕੰਪਿਊਟਰ ਸਾਇੰਸ ਇਸੀ ਕਾਲਜ ਤੋਂ ਕੀਤੀ ਹੈ। BSc ਕੰਪਿਊਟਰ ਸਾਇੰਸ ਵੀ ਇੱਥੋਂ ਕੀਤੀ, MSc IT ਵੀ ਇੱਥੇ ਕਰ ਰਹੇ ਹੋ, ਕੰਪਿਊਟਰਸ ਦੇ ਨਾਲ ਮੈਂ ਕਹਿੰਦਾ ਕਿ ਓਤ ਪਰ ਓਤ ਤੁਸੀਂ, ਹੈ ਨਾ? ਕੀ ਕਹਿੰਦੇ ਕਾਲਜ ਦੀਆਂ ਕੰਪਿਊਟਰਸ ਦੇ ਫੈਸਿਲਿਟੀਜ਼ ਬਾਰੇ? ਸਰ, ਫੈਸਿਲਿਟੀਜ਼ ਬਹੁਤ ਵਧੀਆ, ਟੀਚਰਸ ਬਹੁਤ ਵਧੀਆ ਹੈ, ਹੈਲਪਿੰਗ ਹੈ, ਹਰ ਚੀਜ਼ 'ਚ ਹੈਲਪ ਕਰਦੇ ਆ, ਸਟੱਡੀ ਬਹੁਤ ਵਧੀਆ ਕਰਾਉਂਦੇ ਆ, ਪ੍ਰਿੰਸੀਪਲ ਸਰ ਵੀ ਬਹੁਤ ਅੱਛੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਸ਼੍ਰੀ ਅਨੰਦਪੁਰ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨੌਰਥ ਇੰਡੀਆ ਦਾ ਨਾਮੀ ਆਟੋਨਮਸ ਕਾਲਜ ਹੈ। ਇਸ ਕਾਲਜ ਨੂੰ ਨੈਕ ਬੰਗਲੌਰ ਵੱਲੋਂ ਏ ਗ੍ਰੇਡ ਪ੍ਰਾਪਤ ਹੈ। ਇਸ ਕਾਲਜ ਨੂੰ ਕਾਲਜ ਵਿਦ ਪੋਟੈਂਸ਼ੀਅਲ ਫਾਰ ਐਕਸੀਲੈਂਸ ਦਾ ਸਟੇਟਸ ਪ੍ਰਾਪਤ ਹੈ। ਇਹ ਕਾਲਜ ਉੱਨਤ ਭਾਰਤ ਅਭਿਆਨ ਦੇ ਅੰਡਰ ਕੰਮ ਕਰ ਰਿਹਾ ਹੈ। ਪਿਛਲੇ ਸਾਲ ਸਾਨੂੰ ਬਹੁਤ ਹੀ ਸਨਮਾਨਯੋਗ ਫਿਸ ਦੀ ਸਕੀਮ DBT ਭਾਰਤ ਸਰਕਾਰ ਵੱਲੋਂ ਪ੍ਰਾਪਤ ਹੋਈ। ਇਸ ਸਾਲ ਸਾਨੂੰ ਸਟਾਰ ਕਾਲਜ ਦਾ ਸਟੇਟਸ ਪ੍ਰਾਪਤ ਹੋਇਆ। ਸ਼੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਦਾ ਨਾਮ ਇਸ ਸਟੇਟਸ ਵਾਸਤੇ ਚੁਣਿਆ ਜਾਣਾ ਸਾਡੇ ਲਈ ਬਹੁਤ ਮਾਣ ਦੀ ਗੱਲ ਹੈ। ਇਸ ਕਾਲਜ ਦੇ ਵਿਦਿਆਰਥੀ ਜਿੱਥੇ ਬਹੁਤ ਮਿਹਨਤੀ ਹਨ, ਅਧਿਆਪਕ ਜਿੱਥੇ ਇੱਕ ਟੀਮ ਦੀ ਤਰ੍ਹਾਂ ਕੰਮ ਕਰਦੇ ਹਨ, ਇਲਾਕੇ ਦਾ ਜਿੱਥੇ ਇਸ ਸੰਸਥਾ ਵਿੱਚ ਵਿਸ਼ਵਾਸ ਹੈ, ਉੱਥੇ ਮੈਨੇਜਮੈਂਟ ਦਾ ਵਿਸ਼ੇਸ਼ ਆਸ਼ੀਰਵਾਦ ਪ੍ਰਾਪਤ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਲਗਭਗ 37 ਕਾਲਜ ਅਤੇ 70 ਤੋਂ ਵੱਧ ਸਕੂਲ, 2 ਯੂਨੀਵਰਸਿਟੀਜ਼ ਬਹੁਤ ਸਫਲਤਾਪੂਰਨ ਚਲਾ ਰਹੀ ਹੈ। ਇਹ ਕਾਲਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਨਾਮੀ ਸੰਸਥਾਵਾਂ ਵਿੱਚੋਂ ਇੱਕ ਹੈ। 1968 ਵਿੱਚ ਸੰਤ ਮਹਿੰਦਰ ਸਿੰਘ ਜੀ ਹਰਖੋਵਾਲ ਜੀ ਦੇ ਵਿਸ਼ੇਸ਼ ਯਤਨਾਂ ਸਦਕਾ ਇਸ ਕਾਲਜ ਦੀ ਸਥਾਪਨਾ ਹੋਈ। 1977 ਵਿੱਚ ਸਿੱਖਾਂ ਦੀ ਸਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਦਾ ਪ੍ਰਬੰਧ ਆਪਣੇ ਅਧੀਨ ਲਿਆ। ਇਸ ਸਮੇਂ ਇਸ ਸੰਸਥਾ ਦੀ ਅਗਵਾਈ ਬਹੁਤ ਹੀ ਦੂਰ ਅੰਦੇਸ਼ੀ ਅਤੇ ਨਿਮਰਤਾ ਵਾਲੀ ਸ਼ਖਸੀਅਤ ਸਰਦਾਰ ਹਰਜਿੰਦਰ ਸਿੰਘ ਧਾਮੀ ਜੀ ਪ੍ਰਧਾਨ ਸਾਹਿਬ ਕਰ ਰਹੇ ਹਨ। ਮੈਂ ਵੀ ਦੱਸਣਾ ਚਾਹਾਂਗਾ ਕਿ ਡਾਕਟਰ ਦਲਜੀਤ ਸਿੰਘ ਚੀਮਾ ਜੀ, ਸਾਬਕਾ ਸਿੱਖਿਆ ਮੰਤਰੀ ਪੰਜਾਬ, ਇਸ ਕਾਲਜ ਦੇ ਆਨਰੇਰੀ ਸਕੱਤਰ ਹਨ, ਅਤੇ ਭਾਈ ਅਮਰਜੀਤ ਸਿੰਘ ਚਾਵਲਾ ਜੀ, ਸਾਬਕਾ PPSC ਮੈਂਬਰ ਅਤੇ ਸਾਬਕਾ ਜਨਰਲ ਸਕੱਤਰ, ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ VS ਦੀ ਗਵਰਨਿੰਗ ਬਾਡੀ ਦੇ ਮੈਂਬਰ ਹਨ। ਕਾਲਜ ਦੇ ਵਿਦਿਆਰਥੀਆਂ ਦੀਆਂ ਮਾਨਾਮਤੀਆਂ ਪ੍ਰਾਪਤੀਆਂ ਨੇ ਜਿੱਥੇ ਵਿਦਿਆਰਥੀਆਂ ਨੂੰ ਉਹਨਾਂ ਦੇ ਮੁਕਾਮ ਵਿੱਚ ਪਹੁੰਚਣ ਵਿੱਚ ਸਹਾਈ ਹੋਇਆ, ਉੱਥੇ ਕਾਲਜ ਦੀ ਪ੍ਰੋਫਾਈਲ ਨੂੰ ਬਹੁਤ ਵੱਡਾ ਕੀਤਾ।
कॉलेज दीयां गतिविधियां विच पढ़ाई दे नाल नाल खेडां ते कल्चरल गतिविधियां विच विशेष ध्यान दिता जांदा है। पिछले साल असी रोपड़ फतेहगढ़ जोन विच फस्ट रहे ते 300 कॉलेजां दे इंटर जोन मुकाबले विच तीजे स्थान ते रहे। इस तरह पंजाबी यूनिवर्सिटी पटियाला दे खेड विभाग वालों वख-वख कराईयां गईयां खेडां विच कॉलेज दे बहुत वड्डी गिणती च विद्यार्थियों ने पहला दूजा ते तीसरा स्थान प्राप्त किया। इस साल भी कॉमनवैल्थ खेडां जिहड़ियां पिछले दिन संपन्न होईयां ने साडी एक स्टूडेंट हरविंदर कौर ने वेट लिफ्टिंग विच कांसी दा तगमा जित के अपने इलाके दा ते अपने परिवार दा नाम रोशन किया, दुनिया के नक्शे विच भारत की वडियाई की। मैं दसना चाहांगा कि इस कॉलेज की OSA बहुत सफलतापूर्ण नवे विद्यार्थियों की मदद लई सदा ही यतनशील रहिंदी। कॉलेज का ट्रेनिंग ते प्लेसमेंट सैल वध तो वध विद्यार्थियों की प्लेसमेंट करन विच सफल रहा है। साडा बहुत वड्डा नंबर इस साल प्लेस होया ते मैनू पूरी आस है कि अगले सालां च वी, क्योंकि असी वध तो वध MOUs प्लेसमेंट नाल संबंधित कर रहे हां ताकि सारे दे सारे आउटगोइंग साडे विद्यार्थी जरूर उन्हां दी प्लेसमेंट होए। पढ़ाई दे सिलेबस संबंधी मैं एक गल बहुत दावे नाल दसना चाहांगा कि जिते आम तौर पर यूनिवर्सिटीज़ दे सिलेबस कई कई साल चेंज नहीं होंदे, साडा क्योंकि ऑटोनमस कॉलेज है हर 2 साल बाद साडे सिलेबस बदलते हैं। फॉर एग्जाम्पल BCA विच असी आर्टिफिशियल इंटैलीजेंस एंड डाटा साइंस का एक पेपर पढ़ा रहे हैं ते बाकी सिलेबस भी असी कोशिश करने हैं कि उन्हां विच प्रोजेक्ट किए जाण, क्योंकि CBCS सिस्टम है जिथे बच्चा अपनी चॉइस दे सबजैक्ट पढ़ सकता है। असी उन्हां विद्यार्थियों नूं भी मौका दिंदे आ, साइंस दे विद्यार्थी भी म्यूजिक फाइन आर्ट्स या इस तरह के विषय पढ़ के जिहड़ा उन्हां दा टैलेंट है उन्हूं जिंदा रख सकते हैं। खालसे की जन्म भूमि श्री आनंदपुर साहब विखे स्थित कॉलेज संसार पदरी सुविधावां प्रदान कर रहा है अपने विद्यार्थियों। पूरे पंजाब विच इस कॉलेज का नाम बहुत उच्चा है। जिनी भी सिफत की जाए इस सिरमौर संस्था की उन्नी ही घट है। बहुत कुछ होर भी विखाना चाहते सी इस कॉलेज दीयां उपलब्धियां प्राप्तियां ते विलक्षणतावां बारे। समय की कमी सी, फिर कदें मौका मिलिया तो जरूर कोशिश करांगे उन्हां पहलुआं नूं भी कवर करन दी जिहड़े इस व्लॉग विच रह गए होण। बल्ले बल्ले फिल्म्स एंड रिकॉर्ड्स की पूरी टीम धन्नवादी है कॉलेज की मैनेजमेंट कमेटी स्टाफ ते विद्यार्थियों की जिन्होंने इस व्लॉग नूं बनाउण विच अपना अहम योगदान दिता। धन्नवाद।